ਪੰਜਾਬੀ ਰੇਡੀਓ ਯੂ ਐਸ ਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 8 ਫਰਵਰੀ ਦਿਨ ਹੈਗਾ ਜੀ, ਸੋਮਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ, ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 408-272-2500। ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ, ਡੇਲ ਸਿਟੀ, ਜੀ ਐਨ ਟਾਇਰਾਂ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ 'ਤੇ ਕਾਲ ਕਰ ਸਕਦੇ ਹੋ ਨਿੰਮਾ ਸੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-9698 ਦੇ ਉੱਤੇ। ਆਓ ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਜਿਹੜਾ ਜੀ ਸੰਬੋਧਨ ਕੀਤਾ, ਭਾਸ਼ਣ ਦਿੱਤਾ ਹੈ, ਅਤੇ ਸੰਯੁਕਤ ਕਿਸਾਨ ਮੋਰਚੇ ਨੇ ਮੋਦੀ ਦੇ ਭਾਸ਼ਣ ਦਾ ਕਰਾਰਾ ਜਵਾਬ ਵੀ ਦਿੱਤਾ। ਹੁਣ ਕਿਸਾਨਾਂ ਤੋਂ ਸ਼ੁਰੂ ਕਰੀਏ ਕਿ ਮੋਦੀ ਤੋਂ ਸ਼ੁਰੂ ਕਰੀਏ? ਪਹਿਲੀ ਗੱਲ ਤੇ ਹੈ, ਕਿਉਂਕਿ ਉਹਨਾਂ ਦੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਵਾਬ ਆ ਗਏ ਆ, ਕਿਉਂਕਿ ਅੱਜ ਸਦਨ ਦੇ ਵਿੱਚ ਜਵਾਬ ਦੇਣਾ ਸੀਗਾ ਪ੍ਰਧਾਨ ਮੰਤਰੀ ਜੀ ਨੇ, ਤਾਂ ਉਹਨਾਂ ਨੇ ਸਦਨ 'ਚ ਖੜ ਕੇ ਜਵਾਬ ਦਿੱਤਾ, ਕਿਉਂਕਿ ਚਰਚਾ ਚੱਲੀ ਆ ਰਾਜ ਸਭਾ ਦੇ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ, ਐਡਰੈਸ ਤੋਂ ਬਾਅਦ ਇੱਕ ਚਰਚਾ ਹੋਈ ਸੀ, ਉਸ ਦਾ ਜਵਾਬ ਦੇਣ ਵਾਸਤੇ ਪ੍ਰਧਾਨ ਮੰਤਰੀ ਜੀ ਅੱਜ ਸੀਗੇ। ਜੋ ਉਹਨਾਂ ਨੇ ਕਿਹਾ ਮੈਂ ਪਹਿਲਾਂ ਤੁਹਾਨੂੰ ਉਹ ਦੱਸ ਦਿੰਦਾ, ਫਿਰ ਉਸ ਤੋਂ ਬਾਅਦ ਕਿਸਾਨਾਂ ਦੇ ਜਿਹੜੇ ਜਵਾਬ ਆਏ ਆ ਥੋੜੇ ਸਮਝਣੇ ਜਿਹੜੇ ਆ ਸੌਖੇ ਹੋ ਜਾਣਗੇ। ਸੋ ਇੱਕ ਤਾਂ ਉਹਨਾਂ ਨੇ ਫੈਡਰਲ ਸਿਸਟਮ ਦੀ ਗੱਲ ਕੀਤੀ ਆ, ਕਹਿੰਦੇ ਕਿ ਕੋਰੋਨਾ ਦਰਮਿਆਨ ਮਜ਼ਬੂਤ ਹੋਇਆ ਸਾਡਾ ਸਾਡਾ ਫੈਡਰਲ ਸਟਰਕਚਰ ਹੈ, ਜਿਹੜਾ ਵੀ ਉਹ ਕਿੰਨਾ ਕੁ ਹੋਇਆ ਉਹ ਤੁਸੀਂ ਵੀ ਦੱਸ ਦੇਣਾ। ਫਿਰ ਇਸ ਤੋਂ ਇਲਾਵਾ ਉਹਨਾਂ ਨੇ ਫਸਲ ਬੀਮਾ ਯੋਜਨਾ ਦੀ ਗੱਲ ਕੀਤੀ ਹੈ ਕਿ 90,000 ਕਰੋੜ ਰੁਪਇਆ ਕਿਸਾਨਾਂ ਨੂੰ ਮਿਲਿਆ, ਤੇ ਨਾਲ ਉਹਨਾਂ ਨੇ ਚਿੰਤਾ ਜਤਾਈ ਕਿ ਜ਼ਮੀਨ ਘੱਟ ਰਹੀ ਹੈ, ਕਿਸਾਨਾਂ ਤੇ ਬੋਝ ਘੱਟ ਕਰਨਾ ਹੀ ਪਊਗਾ, ਉਹਨਾਂ ਦੇ ਪਰਿਵਾਰਾਂ ਨੂੰ ਰੁਜ਼ਗਾਰ ਦੇਣਾ ਹੀ ਪਵੇਗਾ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਅੰਦੋਲਨ ਖਤਮ ਕਰ ਦਿਓ ਤੇ ਫਿਰ ਆਪਾਂ ਚਰਚਾ ਕਰ ਲੈਂਦੇ ਹਾਂ, ਮਤਲਬ ਕਿ ਪਹਿਲਾਂ ਅੰਦੋਲਨ ਖਤਮ ਕਰ ਦਿਓ ਆਪਾਂ ਚਰਚਾ ਕਰ ਲੈਂਦੇ ਹਾਂ। ਨਾਲ ਕਿਹਾ ਕਿ ਅਸੀਂ ਉਹੀ ਕੁਛ ਕੀਤਾ ਹੈ ਜੋ ਦੂਜੀਆਂ ਸਰਕਾਰਾਂ ਕਰਨੀਆਂ ਚਾਹੁੰਦੀਆਂ ਸੀ ਪਰ ਕਰ ਨਹੀਂ ਸਕੀਆਂ, ਮਤਲਬ ਕਿ ਹੁਣ ਮੈਨੂੰ ਕ੍ਰੈਡਿਟ ਵੀ ਸ਼ੱਕ ਨਾ ਦਿਓ, ਗਾਲਾਂ ਦੇ ਦਿਓ, ਪਰ ਇਸ ਚੀਜ਼ ਨੂੰ ਪ੍ਰਵਾਨ ਜ਼ਰੂਰ ਕਰੋ ਕਿਉਂਕਿ ਵਕਤ ਦਾ ਤਕਾਜ਼ਾ ਆਇਆ। ਇਸ ਤਰ੍ਹਾਂ ਉਹਨਾਂ ਨੇ ਗੱਲਬਾਤ ਦਾ ਜਿਹੜਾ ਤੁਹਾਨੂੰ ਪਤਾ ਹੀ ਹੈ ਸਿਲਸਿਲਾ ਜਿਵੇਂ ਚਲਾਉਂਦੇ ਹੁੰਦੇ ਆ, ਤਾਂ ਉੱਦਾਂ ਹੀ ਚਲਾਇਆ ਵਧਾਇਆ। ਨਾਲ ਉਹਨਾਂ ਨੇ ਸਿੱਖਾਂ ਦਾ ਕਾਫੀ ਜ਼ਿਆਦਾ ਸ਼ੁਕਰ ਗੁਜ਼ਾਰਾ ਕੀਤਾ, ਕਹਿੰਦੇ ਕਿ ਦੇਖੋ ਜੀ ਇਹ ਸਿੱਖ ਜਿਹੜੇ ਆ ਉਹ ਜਿੱਦਾਂ ਕਹਿ ਲਓ ਕਰਦੇ ਹੁੰਦੇ ਆ ਸਿਆਸਤਦਾਨ, ਕਿ ਸਾਨੂੰ ਸਾਰਿਆਂ ਨੂੰ ਮਾਣ ਹੈ ਇਹਨਾਂ ਤੇ। ਫਿਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਵੰਡ ਵੇਲੇ ਉਜਾੜਾ ਛੱਡੇ ਆ, 84 ਹੰਡਾਈ, ਇਹਨਾਂ ਦੇ ਅੱਖਾਂ ਦੇ ਵਿੱਚ ਬਹੁਤ ਹੰਝੂ ਆ, ਹੋਰ ਹੰਝੂ ਅਸੀਂ ਨਹੀਂ ਆਉਣ ਦੇਣੇ। ਸੋ ਇਸ ਕਰਕੇ ਕਿਉਂਕਿ ਸਿੱਖਾਂ ਨੂੰ ਕੁਛ ਲੋਕ ਗੁੰਮਰਾਹ ਕਰ ਰਹੇ ਆ, ਅਸੀਂ ਇੱਦਾਂ ਨਹੀਂ ਆਉਣ ਦੇਣਾ। ਹੁਣ ਤੁਸੀਂ ਸਮਝ ਹੀ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਗੱਲਬਾਤ ਕਰ ਰਹੇ ਸੀਗੇ ਉੱਥੇ, ਤੇ ਨਾਲ ਉਹ ਕਹਿ ਰਹੇ ਸੀਗੇ ਕਿ ਇੱਕ ਨਵੀਂ ਪ੍ਰਜਾਤੀ ਆਈ ਆ ਉਹਨੂੰ ਅੰਦੋਲਨ ਜੀਵੀ ਕਹਿੰਦੇ। ਹੁਣ ਇਹ ਇਸ਼ਾਰਾ ਪਤਾ ਨੀ ਕਾਮਰੇਡਾਂ ਬੰਨੀ ਸੀ ਜਾਂ ਉਹਨਾਂ ਦੇ ਹੋਰ ਜਿਹੜੇ ਵਿਰੋਧੀ ਆ ਜਿਹੜੇ ਉਹਨਾਂ ਦੀਆਂ ਨੀਤੀਆਂ ਨਾਲ ਸਹਿਮਤੀ ਰੱਖਦੇ, ਮਤਲਬ ਕਿ ਸਾਰਿਆਂ ਨੂੰ ਇੱਕੋ ਰਸੇ ਉਹਨਾਂ ਨੇ ਨਰੜ ਦਿੱਤਾ। ਤਾਂ ਇਸ ਤਰ੍ਹਾਂ ਦਾ ਭਾਸ਼ਣ ਸੀਗਾ, ਇੱਕ ਘੰਟਾ ਤੇ ਕੁਛ ਮਿੰਟ ਦਾ ਭਾਸ਼ਣ ਸੀਗਾ, ਲੰਮਾ ਚੌੜਾ ਭਾਸ਼ਣ ਆ। ਮੈਂ ਤੁਹਾਨੂੰ ਕੁਛ ਉਹਦੇ ਦੱਸੇ ਆ ਅੰਸ਼, ਵੈਸੇ ਐਂਡ ਦੇ ਵਿੱਚ ਜਾਂਦਿਆਂ ਜਾਂਦਿਆਂ ਐਕਟਿੰਗ ਦਾ ਵੀ ਨਮੂਨਾ ਦਿਖਾ ਗਿਆ, ਤੁਹਾਨੂੰ ਪਤਾ ਹੀ ਆ, ਕਹਿੰਦੇ ਕਿ ਵਿਰੋਧੀਆਂ ਤੇ ਨਿਸ਼ਾਨਾ ਦੱਸਿਆ, ਕਹਿੰਦੇ ਕਿ ਕੋਰੋਨਾ ਕਰਕੇ ਤੁਸੀਂ ਘਰੇ ਤੜੇ ਪਏ ਹੋ, ਮੈਨੂੰ ਸਮਝ ਆ ਸਾਰੀ ਇਸ ਗੱਲ ਦੀ, ਇਸ ਗੱਲ ਕਰਕੇ ਤੁਸੀਂ ਬਾਹਰ ਜਾਂਦੇ ਨੀ ਹੋਵੋਗੇ ਤੇ ਘਰੇ ਘਸੁੰਡ ਨਾਲ ਘਸੁੰਡ ਮਾਰ ਕੇ ਖਿੱਚ ਖਿੱਚ ਕਰਦੇ ਹੋਗੇ, ਹੁਣ ਖਿੱਚ ਤਾਂ ਕਿਤੇ ਕੱਢਣੀ, ਚਲੋ ਮੈਂ ਕੰਮ ਆਇਆ, ਮੋਦੀ ਹੈ ਤਾਂ ਮੌਕਾ ਲਓ। ਮਤਲਬ ਕਿ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਸਮਝਾਇਆ ਕਿ ਮੈਂ ਇਹਨਾਂ ਚੱਕਰਾਂ ਚੋਂ ਦੂਰ ਆ, ਫਾਰ ਗਿਆ ਕਬੀਲਦਾਰੀ ਵਾਲੇ ਚ, ਤੁਸੀਂ ਫਸੇ ਰਹੋ, ਫਸੇ ਰਹਿਣਾ। ਥੈਂਕ
ਖੈਰ ਹੁਣ ਜਿਹੜਾ ਜਵਾਬ ਆਇਆ ਵਾ ਉਹ ਸੰਯੁਕਤ ਕਿਸਾਨ ਮੋਰਚਾ ਜਿਹਨੂੰ ਆਪਾਂ ਸਾਂਝਾ ਕਿਸਾਨ ਮੋਰਚਾ ਆਖਾਂਗੇ ਇਹਨਾਂ ਵੱਲੋਂ ਇੱਕ ਲਿਖਤੀ ਪ੍ਰੈਸ ਨੋਟ ਦੇ ਜ਼ਰੀਏ ਆਇਆ ਮੈਂ ਉਹ ਵੀ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਵਾਂ ਇਹਨਾਂ ਨੇ ਕਿਹਾ ਕਿ ਕਿਸਾਨ ਪ੍ਰਧਾਨ ਮੰਤਰੀ ਨੂੰ ਯਾਦ ਕਰਵਾਉਣਾ ਚਾਹੁੰਦੇ ਹਨ ਕਿ ਉਹ ਅੰਦੋਲਨ ਜੀਵੀ ਹੀ ਸੀ ਜਿਨ੍ਹਾਂ ਨੇ ਭਾਰਤ ਨੂੰ ਬਸਤੀਵਾਦੀ ਸ਼ਾਸਕਾਂ ਤੋਂ ਆਜ਼ਾਦ ਕਰਾਇਆ ਸੀ ਤੇ ਇਸ ਲਈ ਸਾਨੂੰ ਇੱਕ ਅੰਦੋਲਨ ਜੀਵੀ ਹੋਣ ਤੇ ਮਾਣ ਹੈ ਤੇ ਭਾਜਪਾ ਤੇ ਇਸਦੇ ਪੁਰਖਿਆਂ ਨੇ ਅੰਗਰੇਜ਼ਾਂ ਵਿਰੁੱਧ ਕੋਈ ਲੜਾਈ ਨਹੀਂ ਲੜੀ ਉਹ ਹਮੇਸ਼ਾ ਲੋਕ ਲਹਿਰਾਂ ਦੇ ਵਿਰੁੱਧ ਰਹੇ ਇਸ ਲਈ ਉਹ ਹੁਣ ਵੀ ਲੋਕ ਲਹਿਰਾਂ ਤੋਂ ਡਰਦੇ ਆ ਮਤਲਬ ਕਿ ਭਾਜਪਾ ਨੂੰ ਉਹਨਾਂ ਦਾ ਇਤਿਹਾਸ ਯਾਦ ਦਿਲਾ ਦਿੱਤਾ ਯਾਦ ਦਵਾ ਦਿੱਤਾ ਕਿ ਇਸੇ ਬੰਗਾਲ ਦੇ ਵਿੱਚ ਜਿੱਥੇ ਜਾ ਕੇ ਹੁਣ ਵੋਟਾਂ ਮੰਗ ਰਹੇ ਆ ਸੁਭਾਸ਼ ਚੰਦਰ ਬੋਸ ਦੀ ਵਿਰਾਸਤ ਨੂੰ ਹੜੱਪਣ ਦਾ ਯਤਨ ਕਰ ਰਹੇ ਆ ਸ਼ਾਇਦ ਇਹ ਪ੍ਰਧਾਨ ਮੰਤਰੀ ਥੋੜਾ ਰਿਵਾਇੰਡ ਕਰ ਲੈਣ ਇਤਿਹਾਸ ਨੂੰ ਮਤਲਬ ਕਿ ਇਤਿਹਾਸ ਨੂੰ ਤਾਂ ਕਿ ਆਪਣੇ ਆਪ ਨੂੰ ਰਿਵਾਇੰਡ ਕਰ ਲੈਣ ਥੋੜਾ ਜਿਹਾ ਲੈ ਜਾਣ ਉਸ ਇਤਿਹਾਸ ਦੇ ਦੌਰ ਦੇ ਵਿੱਚ ਜਦ ਸੁਭਾਸ਼ ਚੰਦਰ ਬੋਸ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਵੱਡੀ ਲੜਾਈ ਵਿੱਢ ਕੇ ਬੈਠੇ ਸੀਗੇ ਤੇ ਸ਼ਿਆਮਾ ਪ੍ਰਸਾਦ ਮੁਖਰਜੀ ਹੋਰੀ ਜਿਹੜੇ ਆ ਉਹ ਉੱਥੇ ਸੱਤਾ ਭੋਗ ਰਹੇ ਸੀਗੇ ਤੇ ਅੰਗਰੇਜ਼ਾਂ ਨੂੰ ਕਹਿ ਰਹੇ ਸੀ ਕਿ ਦਬਾ ਦਿਓ ਇਹਨਾਂ ਨੂੰ ਕੁਚਲ ਦਿਓ ਜਿਹੜੇ ਇਹਨਾਂ ਦੇ ਆਰ ਐਸ ਐਸ ਦੇ ਹੈਡ ਸੀ ਉਸ ਟਾਈਮ ਭਰਤੀ ਦੀਆਂ ਅਪੀਲਾਂ ਕਰ ਰਹੇ ਸੀਗੇ ਕਿ ਜਾ ਕੇ ਗੋਰਿਆਂ ਦੀ ਫੌਜ ਦੇ ਵਿੱਚ ਭਰਤੀ ਹੋ ਉਧਰੋਂ ਮਤਲਬ ਕਿ ਆਜ਼ਾਦ ਹਿੰਦ ਫੌਜ ਦੀ ਭਰਤੀ ਚੱਲ ਰਹੀ ਸੀ ਤੇ ਜਨਾਬ ਹੋਰੀ ਉਧਰੋਂ ਭਰਤੀਆਂ ਕਰਵਾ ਰਹੇ ਸੀ ਕਹਿ ਰਹੇ ਚਲੋ ਇਤਿਹਾਸ ਇਤਿਹਾਸ ਅੱਜ ਕੱਲ੍ਹ ਕੌਣ ਦੇਖਦਾ ਤੇ ਜੇ ਕੋਈ ਦੇਖਦਾ ਤਾਂ ਆਪਣੀ ਨਜ਼ਰ ਦੇ ਨਾਲ ਹੀ ਦੇਖਦਾ ਖੈਰ ਦੂਜੀ ਗੱਲ ਕਿਉਂਕਿ ਪ੍ਰਧਾਨ ਮੰਤਰੀ ਨੇ ਇਹ ਵੀ ਆਖੀ ਆ ਕਿ ਐਮ ਐਸ ਪੀ ਹੈ ਤੇ ਐਮ ਐਸ ਪੀ ਰਹੇਗੀ ਤਾਂ ਇਹਦੇ ਉੱਤੇ ਵੀ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਿਸਾਨਾਂ ਨੂੰ ਲਾਭ ਨਹੀਂ ਪਹੁੰਚਾਵੇਗੀ ਤੇ ਪਿਛਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਵਿਅਰਥੀ ਬਿਆਨ ਦਿੱਤੇ ਗਏ ਕਿਸਾਨਾਂ ਨੂੰ ਅਸਲ ਤਰੀਕੇ ਨਾਲ ਫਾਇਦਾ ਉਦੋਂ ਹੀ ਹੋਊਗਾ ਜਦੋਂ ਸਾਰੀਆਂ ਫਸਲਾਂ ਦੀ ਘੱਟੋ ਘੱਟ ਸਮਰਥਨ ਮੁੱਲ ਨੂੰ ਖਰੀਦ ਸਮੇਤ ਕਾਨੂੰਨੀ ਗਰੰਟੀ ਪ੍ਰਦਾਨ ਕੀਤੀ ਜਾਂਦੀ ਹੈ ਦੇਖੋ ਇਹ ਦੂਸਰਾ ਐਮ ਐਸ ਪੀ ਤੇ ਇਹਨਾਂ ਦਾ ਬਿਆਨ ਆ ਫਿਰ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਹਰ ਕਿਸਮ ਦੀ ਐਫ ਡੀ ਆਈ ਦਾ ਵਿਰੋਧ ਕਰਦੇ ਹਾਂ ਜੋ ਕਿ ਫੋਰਨ ਇਨਵੈਸਟਮੈਂਟ ਹੁੰਦੀ ਹੈ ਡਾਇਰੈਕਟ ਇਨਵੈਸਟਮੈਂਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਤੇ ਇਸ ਤੋਂ ਇਲਾਵਾ ਜਿਹੜੀ ਗੱਲ ਉਹਨਾਂ ਨੇ ਕਹੀ ਆ ਅਗਲੀ ਉਹ ਇਹ ਆ ਕਿ ਉੱਤਰ ਪ੍ਰਦੇਸ਼ ਰਾਜਸਥਾਨ ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਕਿਸਾਨ ਮਹਾਂਪੰਚਾਇਤਾਂ ਵੱਲੋਂ ਦਿੱਤੇ ਗਏ ਵੱਡੇ ਸਮਰਥਨ ਨੇ ਦਿੱਲੀ ਦੇ ਧਰਨੇ ਤੇ ਬੈਠੇ ਕਿਸਾਨਾਂ ਵਿੱਚ ਉਤਸ਼ਾਹ ਦਾ ਸੰਚਾਰ ਕੀਤਾ ਹੈ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਇਹਨਾਂ ਮਹਾਂਪੰਚਾਇਤਾਂ ਤੋਂ ਦਿੱਲੀ ਧਰਨੇ ਵਿੱਚ ਸ਼ਾਮਲ ਹੋਣਗੇ ਤੇ ਨਾਲ ਇਹ ਕਿਹਾ ਕਿ ਟਵਿੱਟਰ ਅਕਾਊਂਟ ਦੇ ਬਾਅਦ ਚੱਲ ਰਹੇ ਕਿਸਾਨ ਅੰਦੋਲਨ ਨਾਲ ਜੁੜੇ ਕਈ ਵੀਡੀਓਜ਼ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਅਸੀਂ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀਆਂ ਇਹਨਾਂ ਕੋਸ਼ਿਸ਼ਾਂ ਦਾ ਸਖ਼ਤ ਵਿਰੋਧ ਕਰਦੇ ਹਾਂ ਮਤਲਬ ਕਿ ਇਹ ਉਹਨਾਂ ਦਾ ਇੱਕ ਪ੍ਰੈਸ ਨੋਟ ਦੇ ਰਾਹੀਂ ਜਵਾਬ ਸੀਗਾ ਪਰ ਇਸ ਤੋਂ ਵੀ ਵੱਡੀ ਗੱਲ ਜਿਹੜੀ ਆ ਮੈਂ ਸਮਝਦਾ ਕਿ ਉਹ ਨਹੀਂ ਕੀਤੀ ਗਈ ਕਿਸਾਨ ਜਥੇਬੰਦੀਆਂ ਨੂੰ ਤੱਕ ਭਰਪੂਰ ਤਰੀਕੇ ਨਾਲ ਜਵਾਬ ਦੇਣਾ ਚਾਹੀਦਾ ਮੈਂ ਟਕੈਤ ਸਾਹਿਬ ਨੂੰ ਵੀ ਦੇਖ ਰਿਹਾ ਸੀਗਾ ਕੁਛ ਮਿੰਟਾਂ ਬਾਅਦ ਹੀ ਉਹਨਾਂ ਨੂੰ ਪੱਤਰਕਾਰਾਂ ਨੇ ਲਿਆ ਸੀਗਾ ਨਾਲ ਤਾਂ ਜਦ ਬੋਲ ਰਿਹਾ ਸੀ ਬੜਾ ਜਿੱਦਾਂ ਕਹਿ ਲਈਏ ਨਾ ਕਿ ਬੇਸੀ ਜਿਹਾ ਜਵਾਬ ਕੋਈ ਮਤਲਬ ਕਿ ਤਰਕ ਭਰਪੂਰ ਦਲੀਲ ਭਰਪੂਰ ਜਵਾਬ ਨਹੀਂ ਹੈ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਦੇਖੋ ਪ੍ਰਧਾਨ ਮੰਤਰੀ ਦਾ ਕੰਮ ਕੀ ਹੈ ਕਿ ਉਹਨੇ ਆਪਣੀ ਸਰਕਾਰ ਨੂੰ ਡਿਫੈਂਡ ਕਰਨਾ ਪ੍ਰਾਪਤੀਆਂ ਗਣਾਉਣੀਆਂ ਪਰ ਜਿਹੜੇ ਨੁਕਤੇ ਉਹਨਾਂ ਦੇ ਕਿਸਾਨੀ ਨਾਲ ਜੁੜੇ ਉੱਤੇ ਸਾਂਝੇ ਕੀਤੇ ਜੋ ਦਾਅਵੇਦਾਰੀਆਂ ਕੀਤੀਆਂ ਥੋੜਾ ਜ਼ਰੂਰ ਉਹਦੇ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਜਿੱਦਾਂ ਹੁਣ ਉਹ ਐਮ ਐਸ ਪੀ ਕਹਿੰਦੇ ਆ ਕਿ ਐਮ ਐਸ ਪੀ ਹੈ ਐਮ ਐਸ ਪੀ ਰਹੇਗੀ ਐਮ ਐਸ ਪੀ ਜਿਹੜੀ ਉਹ ਕਿਤੇ ਨਹੀਂ ਚੱਲੀ ਪਰ ਸਭ ਤੋਂ ਵੱਡੀ ਗੱਲ ਹੈ ਨਾ ਕਿ ਉਹਨੂੰ ਕਹੋ ਕਿ ਐਮ ਐਸ ਪੀ ਤੁਸੀਂ ਇਹ ਦੱਸੋ ਨਾ ਦੇ ਕਿਹਨੂੰ ਰਹੇ ਹੋ ਦੇ ਕਿਵੇਂ ਲੋਕਾਂ ਨੂੰ ਰਹੇ ਹੋ ਉਹਦੇ ਤੇ ਖਰਚਾ ਕਿੰਨਾ ਕਰਦੇ ਹੋ ਤੁਸੀਂ ਕਹਿ ਰਹੇ ਹੋ ਕਿ 17 ਲੱਖ ਕਰੋੜ ਰੁਪਈਆ ਖਰਚਾ ਆਏਗਾ ਜਦਕਿ ਤੁਹਾਡਾ ਜਿਹੜਾ ਪਿਛਲਾ ਡਾਟਾ ਬੋਲਦਾ ਕਿ 2,41,000 ਕਰੋੜ ਰੁਪਏ ਦੀ ਤੁਸੀਂ ਸਾਰੀ ਪ੍ਰਕਿਓਰ ਕੀਤੀ ਆ ਫਸਲ ਬਾਕੀ ਫਸਲਾਂ ਜਿਹੜੀਆਂ ਉਹ ਕੁੱਲ ਮਿਲਾ ਕੇ 13 ਲੱਖ ਕਰੋੜ ਚ ਵਿਕੀਆਂ ਤਾਂ ਸਿੱਧੇ ਤੌਰ ਤੇ ਕਹਿ ਲਓ ਕਿ 4 ਲੱਖ ਕਰੋੜ ਰੁਪਏ ਦੀ ਤਾਂ ਘਾਟਾ ਇਹੀ ਹੋ ਗਿਆ ਅੱਜ ਇਹ ਚੜੂਨੀ ਸਾਹਿਬ ਨੇ ਅੰਕੜਾ ਦਿੱਤਾ ਕਿ ਕੁੱਲ ਫਸਲਾਂ ਦੀ ਜਿਹੜੀ ਖਰੀਦ ਹੈ ਉਹ 13 ਲੱਖ ਕਰੋੜ ਤੱਕ ਜਾਂਦੀ ਹੈ ਪਰ ਜੇ ਐਮ ਐਸ ਪੀ ਤੇ ਵਿਕੇ ਤਾਂ 17 ਲੱਖ ਕਰੋੜ ਇਹਦਾ ਮਤਲਬ ਕਿ 4 ਲੱਖ ਕਰੋੜ ਦਾ ਸਿੱਧਾ ਕਿਸਾਨ ਨੂੰ ਘਾਟਾ ਤਾਂ ਕਹਿਣ ਦਾ ਮਤਲਬ ਇਹੋ ਆ ਕਿ ਤੁਸੀਂ ਐਮ ਐਸ ਪੀ ਇਉਂ ਦੀ ਜੇ ਇਹ ਜਿਉਂ ਹੀ ਰੱਖੋਗੇ ਉਹਦਾ ਕੋਈ ਫਾਇਦਾ ਨਹੀਂ ਉਹ ਸਿਰਫ 6% ਕਿਸਾਨਾਂ ਨੂੰ ਹੈ ਜਦਕਿ ਹੁਣ ਉਹ ਸਾਰਿਆਂ ਵਾਸਤੇ ਮੰਗਦੇ ਆ ਦੂਜੀ ਗੱਲ ਜਿਹੜੀ ਹੈ ਉਹ ਫੈਡਰਲ ਸਿਸਟਮ ਦੀ ਉਹਦੇ 'ਚ ਉਹਨਾਂ ਨੇ ਕਰੋਨਾ ਨੂੰ ਬਣਾਇਆ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਧਾਰ ਉਸ ਦੌਰ ਦੇ ਵਿੱਚ ਮਜ਼ਬੂਤ ਹੋਇਆ ਵਗੈਰਾ ਵਗੈਰਾ ਗੱਲਾਂ ਕੀਤੀਆਂ ਪਰ ਦੇਖੋ ਉਸ ਤੋਂ ਬਾਅਦ ਕੀ ਕੀਤਾ ਇਹਨਾਂ ਨੇ ਜੀ ਐਸ ਟੀ ਦੇ ਪੈਸੇ ਰੋਕ ਲਏ ਸਟੇਟਾਂ ਦੇ ਆ ਪੰਜਾਬ ਦਾ ਰੂਰਲ ਵਿਕਾਸ ਫੰਡ ਰੋਕ ਲਿਆ
फिर कश्मीर का मुद्दा तुहाडे सामने आ कि उहदी खुद मुख्तियारी किस तरह खो ली गई, फिर जदों राज बहुत कसूती स्थिति दे विच सीगे करोना काल दे दौरान उन्होंने उन्होंने हालात से तकरीबन छड्डी रखा गया कि जिवें मर्जी करो तुसीं संभालो। तां फैडरल सिस्टम की जिहड़ी एक बेसिक चीज सीगी वह वेखण वाली यह आ कि जब तुम करोना वड्या रहे हो, करोना तो भाव है कि उस समय की जी थी अपनी सरकार की कोशिश कह लो या साझे तौर पर जो भी तुम प्रबंधबाजी की आधार बना रहे हो, पर इकनोमिस्ट ने आ हमने एक रिपोर्ट रिलीज की है, उस रिपोर्ट के उन्होंने हैगा मेरे ख्याल के नाल इकनोमिस्ट इंटैलीजेंस यूनिट है, तो इधर यूएस के भी उन्होंने बहुत कापियां बिकदियां ने इकनोमिस्ट की मैगजीन दी, उन्होंने क्योंकि दर्जाबंदी देते हैं डेमोक्रेटिक देशों, तो उन्होंने डेमोक्रेटिक दर्जाबंदी के भारत को लंगड़ा लोकतंत्र जिदा कह लो बीमार लोकतंत्र उस ग्रेड च रखिया, उस श्रेणी च रखिया। और कमाल की गल है कि चौदवा साल सीगा जो 2014 चौदवा साल सीगा जब, तो उस तो बाद जिहड़ा हुण वीवा आया उदों तक 27वें पौड़ तो खिसक के इंडिया 53वें पौड़ से चल गया मोदी सरकार दे विच। तुसी लोकतंत्र की दुहाई दे रहे हो और उहदे विच जिक्र है उस रिपोर्ट दे विच, क्योंकि रेटिंग देंदे आ हरेक पैमाना दसदे आ, तो उन्होंने कहा कि जो करोना दे विच जिस तरीके का सलूक किया गया वो भी एक रेटिंग मतलब कि थोड़ी देने की वजह। दूसरा सी ए एन आर सी जिहदे विच उन्होंने कहा कि नागरिकों के जिहड़े मूलभूत अधिकार होंदे आ बुनियादी फंडामेंटल राइट जिहनूं कहिंदे आ, उहदे विच भी धार्मिक किसी ना किसी अंशवाड़ दित्ते। सो तुसीं आप समझ सकते हो कि प्रधानमंत्री उत्थे जवाब दे रहे आ, ये प्रधानमंत्री उहनां दे जिहड़े जमहूरे कह लो जिहड़े विच सैलीब्रिटी भी आ जांदे आ ਉਹ ਗ੍ਰੇਟਾ ਥਨਬਰਗ ਵਰਗੀਆਂ ਨੂੰ ਜਵਾਬ ਦੇ ਰਹੇ ਆ, ਪਰ ਇਹਨਾਂ ਰਿਪੋਰਟਾਂ ਦਾ ਕੀ ਜਵਾਬ ਦੇਵੋਗੇ ਹੁਣ ਇਕਨੋਮਿਸਟ ਨੂੰ? ਦੁਨੀਆ ਦੇ ਵਿੱਚ ਦੇਖੋ ਕਿੰਨੇ ਲੋਕ ਪੜ੍ਹਦੇ ਆ, ਦੱਸਦੇ ਆ ਕਿ ਬਹੁਤ ਵੱਡੀ ਉੱਚੀ ਕਲਾਸ ਪੜ੍ਹਦੀ ਉਹਨਾਂ ਨੂੰ, ਤਾਂ ਕੀ ਪ੍ਰਭਾਵ ਪਏਗਾ? ਉਹ ਉਹਨਾਂ ਨੂੰ ਵੀ ਜਵਾਬ ਦਿਓ ਨਾ ਕਿ ਉੱਥੇ ਕਿੱਥੇ ਤੁਹਾਡਾ ਲੋਕਤੰਤਰ ਖਲੋਤਾ। ਫਿਰ ਕਹਿੰਦੇ ਕਿ ਫਸਲੀ ਬੀਮਾ ਯੋਜਨਾ ਨਾਲ ਕਿਸਾਨਾਂ ਨੂੰ 90,000 ਕਰੋੜ ਰੁਪਈਆ ਮਿਲਿਆ। ਬਿਲਕੁਲ ਇਹ ਸੱਚ ਆ, ਹਕੀਕਤ ਹੈ, ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਪ੍ਰਧਾਨਮੰਤਰੀ ਦੇ ਨਾਲ, 90,000 ਕਰੋੜ ਰੁਪਈਆ ਇਉਂ ਮਿਲਿਆ। ਹੁਣ ਤੁਹਾਨੂੰ ਮੈਂ ਇੱਕ ਗੱਲ ਦੱਸਦਾ, ਉਹਦੇ ਵਿੱਚ ਪ੍ਰੀਮੀਅਮ ਕਿਸਾਨ ਕੋਲੋਂ ਵੀ ਜਾਂਦਾ, ਸਰਕਾਰ ਜਿਹੜੀ ਕੇਂਦਰ ਦੀ ਉਹ ਵੀ ਦਿੰਦੀ ਆ, ਤੇ ਜੋ ਸੂਬਾ ਸਰਕਾਰ ਆ ਸਾਡੇ ਕੋਲ ਦੇਖ ਲਓ 19-20 ਦਾ ਅੰਕੜਾ ਸੀਗਾ, 20-21 ਦਾ ਇਹਨਾਂ ਨੇ ਐਕਸਟਰਾ ਜੋੜਿਆ। ਤਦ ਤੱਕ ਕੀ ਸੀਗਾ ਕਿ 1,07,500 ਕਰੋੜ ਰੁਪਈਆ ਜਿਹੜਾ ਉਹ ਪ੍ਰੀਮੀਅਮ ਦਾ ਇਕੱਠਾ ਹੋਇਆ, ਉਹਦੇ ਚੋਂ 17,500 ਕਰੋੜ ਰੁਪਈਆ ਕਿਸਾਨ ਦਾ ਸੀਗਾ, ਉਹਦੇ ਚ 46,000 ਕਰੋੜ ਰੁਪਈਆ ਸਟੇਟਾਂ ਦਾ ਸੀ, ਔਰ ਇਸ ਤੋਂ ਇਲਾਵਾ ਲਗਭਗ ਲਾ ਲਓ ਕਿ 44,400 ਕਰੋੜ ਰੁਪਈਆ ਜਿਹੜਾ ਉਹ ਸੈਂਟਰ ਦਾ ਸੀਗਾ। ਠੀਕ ਹੈ ਜੀ, ਤਾਂ ਉਹਦੇ ਚੋਂ ਕੀ ਹੋਇਆ ਕਿ ਮਿਲਿਆ ਕਿੰਨਾ ਵਾ, ਮਿਲਿਆ ਕਿਸਾਨ ਨੂੰ ਕਿੰਨਾ ਉਹਦੇ ਚੋਂ? ਉਹਦੇ ਚੋਂ ਸਿਰਫ 79,000 ਕਰੋੜ ਰੁਪਈਆ ਕਿਸਾਨਾਂ ਨੂੰ ਉਜਾੜੇ ਦਾ ਮਿਲਿਆ, ਜਦਕਿ 4 ਸਾਲਾਂ ਦੇ ਵਿੱਚ 28,000 ਕਰੋੜ ਰੁਪਈਆ ਸੁੱਕਾ ਕੰਪਨੀਆਂ ਕਮਾ ਗਈਆਂ। ਇਹ ਤੱਥ ਨੇ, ਅੰਕੜੇ ਨੇ, ਔਰ ਕਮਾਲ ਦੀ ਗੱਲ ਹੈ ਕਿ ਉਹਨਾਂ ਦੇ ਵਿੱਚੋਂ ਰਿਲਾਇੰਸ ਇੱਕ ਕੰਪਨੀ ਸੀ ਜਿਹਨੇ 4 ਸਾਲਾਂ 'ਚ 4,000 ਕਰੋੜ ਰੁਪਈਆ ਇਕੱਲੀ ਨੇ ਕਮਾਇਆ, ਤਾਂ ਇੱਕ ਸਾਲ ਦੇ ਵਿੱਚ 1,000 ਕਰੋੜ ਰੁਪਈਆ, ਔਰ 10-10 ਰੁਪਈਆਂ ਦੇ ਚੈੱਕ ਵੀ ਦੱਖਣ ਦੇ ਕਿਸਾਨਾਂ ਨੂੰ ਇਹਨਾਂ ਕੰਪਨੀਆਂ ਨੇ ਦਿੱਤੇ ਨੇ ਉਜਾੜੇ। ਸੋ ਦੂਜੀ ਗੱਲ ਜਿਹੜੀ ਇਹ ਕਹਿ ਰਹੇ ਨੇ ਕਿ ਜ਼ਮੀਨ ਘੱਟ ਰਹੀ ਹੈ, ਕਿਸਾਨਾਂ 'ਤੇ ਬੋਝ ਘੱਟ ਕਰਨਾ ਪਵੇਗਾ, ਉਹਨਾਂ ਦੇ ਪਰਿਵਾਰਾਂ ਨੂੰ ਰੁਜ਼ਗਾਰ ਦੇਣਾ ਪਵੇਗਾ, ਮੈਂ ਲੰਮੀ ਨਹੀਂ ਗੱਲ ਲਿਜਾਂਦਾ, ਇੱਥੇ ਆਪਾਂ ਖਤਮ ਕਰ ਦਿੰਦੇ ਹਾਂ ਇਸ ਤੱਥ ਦੇ ਨਾਲ। ਦੇਖੋ ਇੱਥੇ ਮੈਂ ਕਹਿੰਦਾ ਕਿ ਪ੍ਰਧਾਨ ਮੰਤਰੀ ਨੇ 2 ਚੀਜ਼ਾਂ ਜਿਹੜੀਆਂ ਸੱਚ ਬੋਲੀਆਂ ਨੇ ਅੱਜ। ਇੱਕ ਜਿੱਦਾਂ ਕਹਿ ਲਓ ਕਿ ਉਹਨਾਂ ਨੇ ਕਿਹਾ ਕਿ ਅੱਜ ਦੁਨੀਆ ਇੰਡੀਆ ਵੱਲ ਦੇਖ ਰਹੀ ਹੈ, ਮੈਨੂੰ ਇਹ ਗੱਲ ਕੁਛ ਹੱਦ ਤੱਕ ਸੱਚ ਲੱਗੀ ਕਿ ਬਾਕੀ ਅੱਜ ਦੁਨੀਆ ਇੰਡੀਆ ਵੱਲ ਦੇਖ ਰਹੀ ਹੈ। ਉਹ ਕਿਉਂ ਦੇਖ ਰਹੀ ਆ, ਕਿਵੇਂ ਦੇਖ ਰਹੀ ਆ, ਕਿਹਦੀ ਟੇਕ ਨਾਲ ਦੇਖ ਰਹੀ ਆ, ਉਹ ਸਮਝਣ ਦੀ ਜ਼ਰੂਰਤ ਆ। ਦੂਜੀ ਗੱਲ ਜਿਹੜੀ ਉਹਨਾਂ ਨੇ ਕਹੀ ਆ, ਜਿਹੜੀ ਉਹਦੀ ਕਹਿ ਲਈਏ ਕਿ ਆਪਾਂ ਅੰਦਰਲੀ ਇੱਕ ਤਰ੍ਹਾਂ ਨਾਲ ਵਨਗੀ ਜਿਹੜੀ ਨਜ਼ਰ ਆਉਂਦੀ ਗੱਲਬਾਤ ਦੀ ਪ੍ਰਧਾਨ ਮੰਤਰੀ ਸਾਹਿਬ ਦੀ, ਉਹ ਇਹ ਆ ਕਿ ਦੇਖੋ ਜੀ ਜ਼ਮੀਨ ਘੱਟ ਰਹੀ ਆ, ਮਤਲਬ ਉਹਨਾਂ ਦੇ ਕਹਿਣ ਦਾ ਹੈ ਕਿ ਪਰਿਵਾਰ ਬਹੁਤ ਸਾਰੇ ਆ, ਕਿਉਂਕਿ ਉਹਨਾਂ ਨੇ ਇੱਕ ਅੰਕੜਾ ਵੀ ਦਿੱਤਾ ਸੀਗਾ, ਉਹਨਾਂ ਨੇ ਫਿਗਰ ਆਊਟ ਕੀਤਾ ਕਿ ਸ਼ਾਇਦ 12 ਕਰੋੜ ਪਰਿਵਾਰ ਜਿਹੜੇ ਆ ਉਹ ਸੀਮਾਂਤ ਪਰਿਵਾਰ ਆ ਜਾਂ ਛੋਟੇ ਕਿਸਾਨ ਆ ਇੱਦਾਂ ਕਰਕੇ, ਤਾਂ ਕੁੱਲ 26 ਕਰੋੜ ਦੱਸਦੇ ਆ ਪਰਿਵਾਰ ਜਿਹੜੇ ਆ ਉਹ ਖੇਤੀਬਾੜੀ ਦੇ ਵਿੱਚ ਹੈਗੇ ਆ। ਚਲੋ ਆਪਾਂ ਇੰਨੀ ਅੰਕੜੇਬਾਜ਼ੀ ਡੂੰਘੀ ਨਹੀਂ ਲਈ ਜਾਂਦੇ, ਕਈ ਵਾਰ ਬੰਦਾ
ਉਦਾਂ ਹੀ ਕਨਫਿਊਜ਼ ਹੋ ਜਾਂਦਾ। ਮੇਰੇ ਕਹਿਣ ਦਾ ਮਤਲਬ ਹੈ ਕਿ ਆਹ ਸੱਚ ਮੈਨੂੰ ਦੂਸਰਾ ਲੱਗਿਆ ਇਸ ਸਾਰੀ ਸਤੀਕ ਦੇ ਵਿੱਚੋਂ। ਕਿਉਂ? ਕਿਉਂਕਿ ਉਹਦੇ ਵਿੱਚ ਉਹ ਦੱਸ ਰਹੇ ਨੇ ਕਿ ਸਾਡਾ ਮੰਤਵ ਕੀ ਹੈ। ਸਾਡਾ ਮੰਤਵ ਇਹ ਆ ਕਿ ਖੇਤੀਬਾੜੀ ਚੋਂ ਬਹੁਤ ਵੱਡੇ ਪੱਧਰ ਤੇ ਲੋਕ ਅਸੀਂ ਕੱਢ ਕੇ ਦੂਸਰੇ ਸੈਕਟਰ ਚ ਖੜ੍ਹ। ਆਹ ਗੱਲ ਪ੍ਰਧਾਨ ਮੰਤਰੀ ਦੀ ਮੈਨੂੰ ਸੱਚ ਲੱਗੀ ਆ ਦੂਸਰੀ ਸਪੀਚ ਦੇ ਵਿੱਚ, ਜਿਹਨੂੰ ਮੈਂ ਤਥਾਤਮਕ ਮੰਨਦਾ ਕਿ ਆਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਵੱਡੇ ਆਲੋਚਕ, ਬਹੁਤ ਵੱਡੇ ਮਾਹਰ ਕਿਸਾਨ ਜਥੇਬੰਦੀਆਂ ਆਹੀ ਚੀਜ਼ ਉਹ ਕਹਿ ਰਹੇ ਆ ਕਿ ਤੁਸੀਂ ਛੋਟੇ ਕਿਸਾਨ ਨੂੰ ਖੇਤੀ ਚੋਂ ਬਾਹਰ ਕਰਨਾ, ਚਾਹੇ ਉਹ ਕਿਸੇ ਵੀ ਫਾਰਮੂਲੇ ਤਹਿਤ ਕਰੋ। ਪਰ ਸਭ ਤੋਂ ਵੱਡਾ ਸਵਾਲ ਇਹ ਆ, ਠੀਕ ਹੈ ਰੁਜ਼ਗਾਰ ਤੁਸੀਂ ਜਨਰੇਟ ਕਰੋ, ਰੁਜ਼ਗਾਰ ਦੇਵੋ, ਕੋਈ ਸਮੱਸਿਆ ਨਹੀਂ ਹੈ। ਪਰ ਇੱਕ ਚੀਜ਼ ਤੇ ਦੇਖੋ ਨਾ, ਹੁਣ ਤੁਸੀਂ ਇੱਕ ਚੀਜ਼ ਦੇਖੋ ਕਿ ਬੇਰੁਜ਼ਗਾਰੀ ਦਰ ਜਿਹੜੀ ਆ ਉਹ ਸਾਡੇ ਇੱਕ ਸਮੇਂ ਤੇ ਮੇਰੇ ਖਿਆਲ ਦੇ ਨਾਲ 23 ਤੇ ਪਹੁੰਚ ਗਈ ਸੀ, ਪਤਾ ਨਹੀਂ ਇੱਥੋਂ ਤੱਕ ਚੱਲ ਗਈ ਸੀਗੀ ਕਿਉਂਕਿ ਉਦੋਂ ਕਰੋਨਾ ਉਦੋਂ ਤਾਂ ਸਾਰੀ ਦੁਨੀਆਂ ਦੇ ਵਿੱਚ ਆਇਆ। ਪਰ ਹਾਲੇ ਵੀ ਉਹ 7-8% ਆ, ਪਤਾ ਨੀ ਉਹ 45 ਸਾਲ ਦੀ ਹਾਇਸਟ ਕਿੰਨੀ ਸੀਗੀ, ਮੈਨੂੰ ਮਾਫ ਕਰਨਾ ਉਹਦਾ ਮੈਨੂੰ ਪੱਕਾ ਨੀ ਪਤਾ, ਪਰ ਹਾਲੇ ਵੀ ਉਹ 7-8 ਦੇ ਕਰੀਬ ਹੋਵੇਗੀ। ਮਤਲਬ ਕਿ ਬੇਰੁਜ਼ਗਾਰੀ ਦਰ ਜਿਹੜੀ ਆ ਉਹ ਸਾਡੀ ਲਗਾਤਾਰ ਮੁਸਲਸਲ ਨੋਟਬੰਦੀ ਤੋਂ ਬਾਅਦ ਹੀ ਵੱਧ ਰਹੀ ਆ। ਕਦੇ ਨੋਟਬੰਦੀ, ਕਦੇ ਕਰੋਨਾ ਆ ਗਿਆ। ਕਰੋਨਾ ਚਲੋ ਮੈਂ ਕਹੂੰਗਾ ਕਿ ਪ੍ਰਧਾਨ ਤੇ ਕਦੇ ਵੱਸ ਦੀ ਗੱਲ ਨਹੀਂ ਹੈ, ਕਰੋਨਾ ਤਾਂ ਸਾਰੀ ਦੁਨੀਆਂ ਨੇ ਉਤਲ ਪੁਤਲ ਕਰ ਗਿਆ। ਤਾਂ ਉਸ ਦੌਰ ਦੇ ਵਿੱਚ ਜਦ ਤੁਹਾਡੇ ਕੋਲ ਮੈਨੂਫੈਕਚਰਿੰਗ ਸੈਕਟਰ ਵੀ ਜਿਹੜਾ ਹੈ ਉਹ ਪੈਰਾਂ ਤੇ ਖੜਾ ਨਹੀਂ ਹੈ ਹਾਲ ਦੀ ਘੜੀ ਇੰਡੀਆ ਦਾ, ਜੇ ਆਪਾਂ ਮੁਕਾਬਲਤਨ ਗੱਲ ਕਰੀਏ ਚਾਈਨਾ ਦੀ, ਚਾਈਨਾ ਨੇ ਕੀ ਕੀਤਾ ਸੀਗਾ ਕਿ ਆਪਣੇ ਪ੍ਰਾਇਮਰੀ ਸੈਕਟਰ ਤੋਂ ਰਿਫੋਰਮ ਸ਼ੁਰੂ ਕੀਤੇ ਖੇਤੀਬਾੜੀ ਤੋਂ, ਤਾਂ ਦੂਸਰੇ ਪੱਧਰ ਤੇ ਉਹਨਾਂ ਨੇ ਮੈਨੂਫੈਕਚਰਿੰਗ ਨੂੰ ਇੱਕ ਜਗ੍ਹਾ ਬਣਾਈ ਕਿ ਜੇ ਉੱਥੋਂ ਨਿਕਲਦੀ ਆ, ਮੰਨ ਲਓ ਲੇਬਰ ਕਲਾਸ ਨਿਕਲਦੀ ਆ ਖੇਤੀ ਦੇ ਵਿੱਚੋਂ, ਤਾਂ ਉਹਨਾਂ ਵਾਸਤੇ ਇੱਕ ਬਿਹਤਰ ਮਾਰਗ ਹੋਵੇ ਰੁਜ਼ਗਾਰ ਦਾ ਕਿ ਇਸ ਰਸਤੇ ਤੇ ਚੱਲ ਕੇ ਰੁਜ਼ਗਾਰ ਵਧੀਆ ਕਮਾ ਸਕਦੇ ਆ। ਸਕਿੱਲ ਉਹਨਾਂ ਨੇ ਦਿੱਤੀ, ਉਹਨਾਂ ਨੇ ਇਨਫਰਾਸਟ੍ਰਕਚਰ ਦਿੱਤਾ, ਸਾਰੀ ਖੇਡ ਦਿੱਤੀ ਆ। ਤਾਂ ਇੱਥੇ ਕੀ ਆ ਕਿ ਤੁਹਾਡੇ ਕੋਲ ਹਨੇਰਾ ਹੈ ਕਿ ਤੁਸੀਂ ਖੇਤੀ ਚੋਂ ਬਾਹਰ ਲਿਆਂਦੇ ਬੰਦੇ ਨੂੰ ਤੋਰਨਾ ਕਿਸ ਰਸਤੇ ਆ। ਤੁਸੀਂ ਉਹਨੂੰ ਸਰਵਿਸ ਸੈਕਟਰ ਨੂੰ ਤੋਰੋਗੇ ਕਿਉਂਕਿ ਜਿਹਦਾ GDP ਦੇ ਵਿੱਚ 60% ਹੈ ਆਲਮੋਸਟ ਇੰਡੀਆ ਦੇ, ਤਾਂ ਬਾਕੀ ਬਚਿਆ 40% ਉਹਦੇ ਚੋਂ ਲਾ ਲਓ ਕਿ 13-14 ਆ ਗਿਆ ਖੇਤੀਬਾੜੀ ਦਾ, ਬਾਕੀ ਮੈਨੂਫੈਕਚਰਿੰਗ ਦਾ। ਉਹਦੇ ਵਿੱਚ ਵੀ 2 ਤਰ੍ਹਾਂ ਦੇ ਹੁੰਦਾ ਕੰਟਰੀਬਿਊਸ਼ਨ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਸ ਤਰ੍ਹਾਂ ਦੇ ਜਿਹੜੇ ਖੇਤੀਬਾੜੀ ਵਾਲੇ ਲੋਕ ਆ, ਜਿਹੜੇ ਅਨਸਕਿਲਡ ਲੇਬਰ ਚ ਆਉਣਗੇ, ਉਹਨਾਂ ਨੂੰ ਤੁਸੀਂ ਲਿਜਾਣਾ ਕਿੱਥੇ ਆ? ਇਹ ਸਭ ਤੋਂ ਵੱਡਾ ਸਵਾਲ ਹੈ ਕਿ ਤੁਹਾਡੀ ਗੱਲ ਨਾਲ ਅਸੀਂ ਸਹਿਮਤ ਹੋਵਾਂ ਕਿ ਤੁਸੀਂ ਰੁਜ਼ਗਾਰ ਜਿਹੜਾ ਉਹ ਦੇਣਾ ਉਹਨਾਂ ਪਰਿਵਾਰਾਂ ਨੂੰ ਜ਼ਰੂਰੀ ਵੀ ਹੈ, ਚਲੋ ਤੁਸੀਂ ਰਿਫੋਰਮਸ ਕਰੋ, ਮੈਂ ਉਸ ਗੱਲ ਦੇ ਨਾਲ ਸਹਿਮਤ ਆ। ਪਰ ਘੱਟੋ ਘੱਟ ਇੱਕ ਰੋਡ ਮੈਪ ਤਾਂ ਤੁਹਾਡਾ ਜਿਹੜਾ ਲੋਕਾਂ ਦੇ ਸਾਹਮਣੇ ਹੋਣਾ ਚਾਹੀਦਾ ਹੈ ਨਾ ਕਿ ਜਿਹੜੇ ਲੋਕ ਉੱਥੋਂ ਨਿਕਲਣਗੇ, ਲੱਖਾਂ ਲੋਕ, ਕਰੋੜਾਂ ਲੋਕ, ਉਹ ਜਾਣਗੇ ਕਿੱਧਰ। ਇਸੇ ਤਰ੍ਹਾਂ ਦੇ ਮਾਡਲ ਦੇ ਵਿੱਚ ਤੁਹਾਨੂੰ ਯਾਦ ਆਉਣਾ US ਦੇ ਵਿੱਚ ਵੀ ਇਹੀ ਦਾਅਵਾ ਕੀਤਾ ਗਿਆ ਸੀਗਾ ਕਿ ਬਹੁਤ ਜ਼ਿਆਦਾ ਰੁਜ਼ਗਾਰ ਵਧੇਗਾ। ਪਰ ਇਨ ਦੀ ਐਂਡ ਕੀ ਹੋਇਆ, ਡਾਟਾ US ਦਾ ਕਿ 27% ਨੂੰ ਬਾਹਰ ਕੱਢਿਆ ਗਿਆ, ਪਰ ਸਿਰਫ ਤੇ ਸਿਰਫ 9-10% ਨੂੰ ਹੀ ਜੋਬ ਮਿਲ ਸਕੀ ਇਸੇ ਮਾਡਲ ਦੇ ਤਹਿਤ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜਿੱਥੇ US ਵਰਗੇ ਮੁਲਕ ਦੇ ਵਿੱਚ ਬਰੋਬਰ ਨੌਕਰੀਆਂ ਨਹੀਂ ਪੈਦਾ ਕੀਤੀਆਂ ਜਾ ਸਕੀਆਂ, ਤਾਂ ਇੰਡੀਆ ਜਿਸ ਥਾਂ ਤੇ ਖਲੋਤਾ ਉਹਦਾ ਤੁਸੀਂ ਨਿਰਣਾ ਕਰ ਲਓ। ਤੇ ਪ੍ਰਧਾਨ ਮੰਤਰੀ ਦੀਆਂ ਹੋਰ ਵੀ ਕਈ ਗੱਲਾਂ ਨੇ ਜਿਹਨਾਂ ਨੂੰ ਆਪਾਂ ਥੋੜਾ ਅੱਗੇ ਲਿਜਾ ਸਕਦੇ ਹਾਂ ਖੁੱਲ ਕੇ, ਪਰ ਹਾਲ ਦੀ ਘੜੀ ਸਮੇਂ ਦੀ ਕਦਰ ਕਰਨੀ ਚਾਹੀਦੀ ਆ। ਜੀ ਜੀ ਬਿਲਕੁਲ। ਅਗਲੀ ਆਪਾਂ ਗੱਲ ਕਰ ਦਈਏ, ਟਕੈਤ ਹੁਣਾਂ ਨੇ ਦਿੱਤਾ ਫਾਰਮੂਲਾ, ਕਹਿੰਦੇ ਬਸ 3 ਕੁਇੰਟਲ ਕਣਕ ਦਾ ਭਾਅ 1 ਤੋਲੇ ਸੋਨੇ ਦੇ ਬਰਾਬਰ ਕਰ ਦਿਓ। ਨਹੀਂ, ਇਹ ਵੀ ਦੂਸਰੇ ਪ੍ਰਧਾਨ ਸੇਵਕ ਹੀ ਲੱਗਦਾ, ਕਿਸਾਨਾਂ ਦੇ ਪ੍ਰਧਾਨ ਸੇਵਕ ਹੀ ਬਣ ਗਏ ਆ। ਤੁਸੀਂ ਮੈਨੂੰ ਦੱਸੋ ਕਿ ਕਣਕ ਤੇ ਸੋਨੇ ਦੇ ਭਾਅ ਦੇ ਕੀ ਤੁਲਨਾ ਹੈ? ਉਹ ਇੱਕ ਨਾ ਜਿੱਦਾਂ ਪਰਸੈਪਸ਼ਨ ਬਣਾਈ ਹੋਈ ਆ ਕਿ 76 ਵੇਲੇ ਜੀ ਸੋਨਾ ਇੰਨੇ ਨੂੰ ਸੀ, ਕਣਕ ਇੰਨੇ ਨੂੰ ਸੀ, ਉਹਦੇ ਹਿਸਾਬ ਦੇ ਨਾਲ ਇੱਦਾਂ ਕਰ ਦਿਓ, ਇੱਦਾਂ ਕਰ ਦਿਓ। ਮਤਲਬ ਕਿ ਉਦੋਂ ਹੁਣੀ ਹੈ ਸ਼ਾਇਦ, ਤੇ ਮੈਂ ਤੇ ਉਦੋਂ ਜੰਮਿਆ ਨਹੀਂ ਸੀਗਾ ਜਦੋਂ ਦੀਆਂ ਗੱਲਾਂ ਕਰਦੇ ਆ, ਕਿ ਉਸ ਟਾਈਮ 3 ਕੁਇੰਟਲ ਕਣਕ ਦਾ ਤੋਲਾ ਸੋਨਾ ਆ ਜਾਂਦਾ ਸੀ। ਉਹਨਾਂ ਦੇ ਕਹਿਣ ਦਾ ਮਤਲਬ ਇਹੀ ਹੈ, ਉਹ ਕਹਿੰਦੇ ਕਿ ਬਸ ਇਹੀ ਬਰੋਬਰ ਕਰ ਦਿਓ, 3 ਕੁਇੰਟਲ ਕਣਕ ਦਾ ਤੋਲਾ ਸੋਨਾ ਆ ਜਾਵੇ, ਸਭ ਕੁਛ ਠੀਕ ਠਾਕ ਆ। ਦੇਖੋ ਸੋਨਾ ਅੱਜ ਦੀ ਤਰੀਕ ਦੇ ਵਿੱਚ ਵੈਸੇ 60 ਨੂੰ ਟੱਪ ਗਿਆ ਸੀਗਾ ਸੋਨਾ ਕਰੋਨਾ ਦੇ ਦੌਰਾਨ, ਤੇ ਜੇ ਤੁਸੀਂ ਹੁਣ ਵੇਖੋਗੇ ਇੰਡੀਆ ਦੇ ਵਿੱਚ ਇਸ ਟਾਈਮ ਮੇਰੇ ਖਿਆਲ ਦੇ ਨਾਲ 48,000 ਰੁਪਈਏ ਹੋਏਗਾ। ਤੁਸੀਂ ਗੂਗਲ ਤੇ ਸਰਚ ਕਰ ਲਓ ਅੱਜ ਦਾ ਗੋਲਡ ਰੇਟ ਕੀ ਹੈ ਇੰਡੀਆ ਦਾ, ਮੇਰੇ ਖਿਆਲ ਦੇ ਨਾਲ ਇੰਨਾ ਕੁ ਹੋਊਗਾ। ਤੇ ਇਹਨੂੰ ਹੁਣ ਤੁਸੀਂ 3 ਕੁਇੰਟਲ ਦੇ ਹਿਸਾਬ ਨਾਲ ਲਾ ਲਓ, 3 ਕੁਇੰਟਲ ਕਣਕ ਦੀ ਜੇ ਆਪਾਂ ਕੀਮਤ ਲਾਈਏ ਇਸ ਹਿਸਾਬ ਨਾਲ ਜਿੱਦਾਂ ਇਹ ਕਹਿੰਦੇ ਪਏ ਆ, 16 ਰੁਪਈਆ 48
वैसे मैथ दे विच मैं कमजोर हाँ, मतलब कि 16,000 या 16,500 रुपया रेट बनूगा कणक का क्वांटल का। तुसी मैनू दसो कि 16,500 क्वांटल नूं खरीद के सरकार जिहड़ी है उहदा लोकां नूं खवा सकूगी, या जिहड़ा कह लो कि मिडल क्लास का बंदा वह इस तरह सर्वाइवल कर सकूगा, जिहड़ा कि निर्भर है जिन्हें कमा के खाना जिन्हों सरकार भी नहीं दिंदी इस देश के। तो मेरे ख्याल दे नाल ये इस तरह दीआं दलीलां देख, मैं जिवें तुहानूं कहा कि देखो किसान जथेबंदियां नूं जिस अंकड़ेबाजी नाल जिस तार्किक तरीके नाल जवाब देना चाहिए, असीं उन्होंने जो जवाब दिता बड़ा सिंपल जिहा जवाब है जिहड़ा मैं तुहानूं पढ़ के सुणाया वा जी, तां उसे तरह टकैत दा जिहड़ा जवाब सी उह ते उहनां तों वी किते कह लो कि दर्जा थले सीगा जो उन्होंने जवाब दिते आ। तां कुल मिला के मेरे ख्याल दे नाल देखो इहनां गल्लां दे नाल तुसीं अपनी पोजिशन कमजोर कर दिओ। ਕਿੱਥੇ ਸੋਨਾ ਤੁਹਾਡਾ ਤਾਂ ਆਪਣਾ ਸੋਨਾ, ਅਸੀਂ ਕਹਿੰਦੇ ਕਪਾਹ ਜਿਹੜਾ ਰੂਹ ਹੁੰਦਾ ਅਸੀਂ ਇਹਨੂੰ ਕਹਿੰਦੇ ਚਿੱਟਾ ਸੋਨਾ, ਇਹ ਤਾਂ ਤੁਹਾਡਾ ਆਪਣਾ ਸੋਨਾ, ਇਹਦੀ ਆਪਣੀ ਵੈਲਿਊ ਆ। ਔਰ ਵੈਸੇ ਵੀ ਜੇ ਤੁਸੀਂ ਦੇਖੋਗੇ ਨਾ ਆਪਾਂ ਇੱਕ ਸ਼ਬਦ ਇਸਤੇਮਾਲ ਕਰਦੇ ਧਨਵਾਨ, ਧਨਵਾਨ ਧਨਵਾਨ ਮਤਲਬ ਕਿ ਪੁਰਾਣੇ ਸਮੇਂ ਦੇ ਵਿੱਚ ਸੌਦੇਬਾਜ਼ੀ ਜਿਹੜੀ ਹੁੰਦੀ ਸੀਗੀ ਉਹ ਅਨਾਜ ਨਾਲ ਹੀ ਹੁੰਦੀ ਸੀਗੀ, ਮਤਲਬ ਕਿ ਵਸਤੂਆਂ ਦੀ ਖਰੀਦੋ ਫਰੋਖਤ ਜਿਹੜੀ ਆ ਉਹ ਪਹਿਲਾਂ ਅਨਾਜ ਨਾਲ ਹੀ ਹੁੰਦੀ ਸੀ, ਜਿਹਦੇ ਕੋਲ ਜਿੰਨਾ ਅਨਾਜ ਹੈ ਉਹਨਾਂ ਉਹਦੇ ਕੋਲ ਧਨ ਆ, मतलब कि धनवान। वह हिसाब किताब है कि तुम उस हिसाब नेखो कि थोड़ी कॉस्ट की है, तो कि उतला मतलब के मुनाफा चाहिए जिदे जिंदगी भी वधिया हो, क्योंकि बाजार के बैलेंस रहेगा तद ही मार्केट चलनी है ना। हुण तुसीं 16,000 मेरे ख्याल के नाल इहदे ते गल करन दा बहुत सौख ही नहीं बनता, क्योंकि इहो जिहियां गल्लां नाल संभव ने ते ना ही इस तरह करके गरीब बंदा या मिडल बंदा जिहड़ा वह बच सकता वा। जी जी, अगली मिनट जी गल करिए किसानां दे तिखे विरोध कारण भाजपा दे सूबा प्रधान अश्विनी शर्मा दा नवांशहर दौरा रद्द। हाँ जी, देखो अज काफी शहरां दे विच इहनां दा विरोध होया, नवांशहर दे विच ते 3-4 नाके लाए सीगे, पर बावजूद इस ते विरोध वाले जिहड़े सीगे कारकुन पहुंचे ने 3-4 नाके तोड़ के, उहनां दे विच इक बीबी दे मेरे ख्याल दे नाल माड़ी मोटी सट भी लगी आ, ਬੀਬੀ ਗੁਰਬਖਸ਼ ਕੌਰ ਨੇ ਕਾਫੀ ਜ਼ਿਆਦਾ ਐਕਟਿਵ ਨੇ ਸੋਸ਼ਲ ਐਕਟੀਵਿਟੀਜ਼ ਦੇ ਵਿੱਚ, ਇਸਤਰੀ ਜਾਗਰਤੀ ਮੰਚ ਵਾਲੇ ਸ਼ਾਇਦ ਤਾਂ ਖੈਰ ਇਹਨਾਂ ਨੇ ਕਾਫੀ ਪ੍ਰੋਟੈਸਟ ਕੀਤਾ, ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਆਪਣਾ ਦੌਰਾ ਜਿਹੜਾ ਰੱਦ ਵੀ ਕਰਨਾ ਪਿਆ। ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਸੀਗੇ ਸ਼ਰਮਾ ਜੀ, ਕਾਫੀ ਇਹਨਾਂ ਨੇ ਕੋਸਿਆ ਵਾ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਕਿਸ ਤਰੀਕੇ ਦੇ ਨਾਲ ਉਹ ਸਾਡੇ ਅਧਿਕਾਰ ਖੋ ਰਹੇ ਆ। ਹਾਲਾਂਕਿ ਉਹਨਾਂ ਨੇ ਕਿਹਾ ਕਿ ਵਿਰੋਧ ਕਰਨ ਵਾਲਿਆਂ ਦੇ ਆਪਣੇ ਅਧਿਕਾਰ ਹੈ, ਕੋਈ ਚੱਕਰ ਨਹੀਂ, ਪਰ ਸਾਡੇ ਅਧਿਕਾਰ ਜਿਹੜੇ ਆ ਉਹ ਇਸ ਸੂਬੇ ਦੇ ਵਿੱਚ ਕਿੱਥੇ ਗਏ, ਉਹਨਾਂ ਨੇ ਸਵਾਲ ਕੀਤਾ। ਇਸ ਤੋਂ ਇਲਾਵਾ ਮੋਗਾ ਦੇ ਵਿੱਚ ਵੀ ਅੱਜ ਵਿਜੇ ਸਾਂਪਲਾ ਜੀ ਆਏ ਸੀ ਕਿ ਉਹਨਾਂ ਦਾ ਵੀ ਜ਼ੋਰਦਾਰ ਵਿਰੋਧ ਹੋਇਆ, ਪੁਲਿਸ ਨਾਲ ਝੜਪ ਹੋਈ ਆ। ਇਸ ਤੋਂ ਇਲਾਵਾ 2-3 ਵੀਡੀਓ ਮੈਂ ਹੋਰ ਵੇਖ ਰਿਹਾ ਸੀਗਾ, ਇੱਕ ਤੇ ਸ਼ਾਇਦ ਬਠਿੰਡੇ ਵੀ ਸੀ ਕਿ ਉੱਥੇ ਵਿਰੋਧ ਹੋ ਰਿਹਾ ਸੀ, ਮਾਨਸੇ ਦੇ ਵਿੱਚ ਵਿਰੋਧ ਹੋ ਰਿਹਾ ਸੀ। ਤਾਂ ਕੁੱਲ ਮਿਲਾ ਕੇ ਤੁਸੀਂ ਦੇਖ ਹੀ ਸਕਦੇ ਹੋ ਕਿ ਦੁਆਬੇ ਤੋਂ ਲੈ ਕੇ ਮਾਲਵੇ ਤੱਕ ਹਰੇਕ ਥਾਂ ਤੇ ਹੀ ਵਿਰੋਧ ਕਿਤੇ ਨਾ ਕਿਤੇ ਵੇਖਣ ਨੂੰ ਮਿਲ ਰਿਹਾ ਵਾ। ਇਹ ਹੁਣ ਦੇਖੋ ਓਦਾਂ ਤੇ ਕਹਿੰਦੇ ਨੇ ਕਿ ਤੁਸੀਂ ਕਹਿੰਦੇ ਸੀਗੇ ਕਿ ਪਾਰਟੀ ਆਵੇ ਮੈਦਾਨ 'ਚ, ਆਵੇ ਮੈਦਾਨ 'ਚ, ਚਲੋ ਭਾਜਪਾ ਆ ਗਈ ਮੈਦਾਨ ਦੇ ਵਿੱਚ, ਪਰ ਮੈਦਾਨ ਦੇ ਵਿੱਚ ਆਉਣਾ ਔਰ ਮੈਦਾਨ ਦੇ ਵਿੱਚ ਟਿਕਣਾ ਜਾਂ ਮੈਦਾਨ ਨੂੰ ਜਿੱਤਣਾ ਕਾਫੀ ਫਰਕ ਨੇ ਇਹਨਾਂ ਚੀਜ਼ਾਂ ਦੇ, ਕਿਉਂਕਿ ਮੈਦਾਨ 'ਚ ਟਿਕਿਆ ਹੀ ਨਹੀਂ ਜਾ ਰਿਹਾ ਤੁਹਾਡੇ ਕੋਲੋਂ। ਮੈਂ ਦੇਖ ਰਿਹਾ ਸੀਗਾ ਸ਼ਾਇਦ ਬਰਨਾਲੇ ਦੀ ਗੱਲ ਆ, ਉੱਥੋਂ ਇਹਨਾਂ ਦੇ 2 ਉਮੀਦਵਾਰਾਂ ਨੇ ਟਿਕਟ ਲੈ ਕੇ ਉਸ ਤੋਂ ਬਾਅਦ ਜਦੋਂ ਲੋਕਾਂ ਦਾ ਵਿਰੋਧ ਹੋਇਆ ਹੱਥ ਖੜੇ ਕਰ ਦਿੱਤੇ ਕਿ ਭਾਈ ਆਹ ਲੈ ਸਾਂਭ ਕੁੰਜੀਆਂ, ਜਿੱਦਾਂ ਕਹਿੰਦੇ ਸਨ ਕਿ ਆਹ ਲੈ ਨਾ ਸਾਂਭ ਕੁੰਜੀਆਂ, ਤਾਂ ਉਹਨਾਂ ਨੇ ਕੁੰਜੀਆਂ ਫੜਾ ਦਿੱਤੀਆਂ ਕਿ ਹੱਥੋਂ ਨਹੀਂ ਸਰਦਾਰੀ ਕਰੋ ਭਾਈ, ਤੁਸੀਂ ਆਪ ਹੀ ਨੰਬਰਦਾਰੀ ਆਪ ਹੀ ਕਰੋ। ਤਾਂ ਇਹੋ ਜਿਹਾ ਮਾਹੌਲ ਹੈ ਕਿ ਠੀਕ ਹੈ ਬੜਾ ਜ਼ੋਰ ਲਾ ਰਹੇ ਨੇ ਸ਼ਰਮਾ ਜੀ ਜਾਂ ਇਹਨਾਂ ਦੇ ਹੋਰ ਲੀਡਰਸ਼ਿਪ ਦੇ ਲੀਡਰ ਕਿ ਕਿਸੇ ਤਰੀਕੇ ਨਾਲ ਅਸੀਂ ਪੈਰ ਧਰਾਵਾਈ ਕਰੀਏ, ਇਹ ਨਾ ਮੈਸੇਜ ਜਾਵੇ ਕਿ ਅਸੀਂ ਬੈਕਫੁੱਟ ਤੇ ਚੱਲ ਗਏ, ਅਸੀਂ ਡਰ ਗਏ ਵਿਰੋਧ ਤੋਂ। ਉਹ ਇੱਕ ਮੈਸੇਜ ਦੇਣ ਦਾ ਯਤਨ ਕੀਤਾ ਜਾ ਰਿਹਾ ਕਿ ਕਾਡਰ ਦਾ ਦਿਲ ਨਾ ਬੈਠ ਜਾਵੇ ਕਿਤੇ, ਪਰ ਵਿਰੋਧ ਦੀ ਲਹਿਰ ਬੜੀ ਤੀਬਰ ਆ, ਬੜੀ ਤੀਖੜ ਆ, ਉਹ ਪੈਰ ਲੱਗ ਨਹੀਂ ਰਹੇ। ਕੁੱਲ ਮਿਲਾ ਕੇ ਜੇ ਮੈਂ ਕਹਾਂ ਸੱਚ ਇਹ ਕਿ ਠੀਕ ਹੈ ਵੜਨ ਦਾ ਯਤਨ ਕਰ ਰਹੇ ਆ, ਜਿਵੇਂ ਕੋਈ ਮਾੜਕੂ ਜਿਹਾ ਰੁੱਖ ਹੁੰਦਾ ਨਾ ਤਕੜੇ ਝੱਖੜ ਦੇ ਵਿੱਚ, ਉਹ ਅੜਨ ਦਾ ਯਤਨ ਕਰਦਾ, ਥੋੜੀ ਦੇਰ ਅੜਦਾ ਵੀ ਹੈ, ਅਖੀਰ ਕਦੇ ਉਹਦੀ ਬਾਜੀ ਵੀ ਲੱਗ ਜਾਂਦੀ ਆ। ਹੁਣ ਬਾਜੀ ਲੱਗੇਗੀ ਜਾਂ ਨਹੀਂ ਲੱਗੇਗੀ ਮੈਨੂੰ ਪਤਾ ਨਹੀਂ, ਪਰ ਅੜਨ ਦਾ ਯਤਨ ਕੀਤਾ ਜਾ ਰਿਹਾ, ਝੱਖੜ ਬਹੁਤ ਵੱਡਾ ਵਿਰੋਧ।
जी जी अगली गल करिए नवदीप कौर की रिहाई की मंग जोर फड़न लगी आ। एक पासे तो रिहाना नू धी दा उन्होंने दर्जा दे दिता, कि इस नू इन्होंने दर्जा दिता कि नहीं? दर्जा ही है जी, सारे बिकी हुई समझते हैं, ऐसी गल नहीं है। हमें भी बेटी है पंजाबी तो पता ही है कि विरासत दे विच ही है सारे ये गुण के बगानिया नू धी पैण। देखो मंग तो उठ रही है काफी वड्डे पद्धर ते, जमानत भी लग गई है, जिन्हें कोई जानकारी हासिल कर सके आ कि जमानत लगी हुई है, हो सकता जमानत हो जाए अज भलक दे विच। दूजी चीज ये आ कि देखो इस कुड़ी की जिहड़ी एफ आई आर जे तुसी पढ़ोगे तो मेरे ख्याल नाल दो एफ आई आर ने जिहड़ियां, मेरे कोल तां दो ने, हो सकता कोई होर होवे। तां उहदे विच जिहड़ियां चीज़ां नज़र आउंदियां मुढले तौर ते, जो मैं समझ सकिया कि एक कुड़ी जिहड़ी सीगी असल दे विच उत्थे जो एक्टिविज़म सीगा इहनां दा, उह मजदूरां दे हक दे विच ज़्यादा सी, क्योंकि उस एरिए दे विच कुंडली एरिए दे विच इंडस्ट्री आ, इंडस्ट्री लॉबी अपनी एक बना के चलती, उन्हों की अपनी एक ब्रिगेड है अगर कह लो कि लठ मारा की, तो इन का भेड़ भी दसते होया बिच बचाले। तो इन्होंने जोड़ा दोष है एक्सटॉर्शन का लाया, और लाया कि कारखानेदार ने, तो कित ना कि लगता यो आ कि लामबंदी कर रहे थे उन्होंने मजदूर के हक के लड़ रहे थे, जो उन्हों का शोषण किया जाता मजदूर का शोषण कुल दुनिया से ही होंगे, तो ये उन्होंने लामबंद कर रहे थे। मैनू जो नजर आया कि इन्होंने उन्होंने इधर एजुकेशन के जोड़न का भी यतन किया, तो उन्होंने मजदूरों ज इन्हों धमकिया भी दसिया गई पेल, पर बाद दे मैं जिमें कि एक्सटॉर्शन वाले मामले तो थोड़ी जी इदा लगता है कि कहानी जी थोड़ी बदल गई। नंबर एक, क्योंकि कंपनियां वाले आ कह लो कि कारखानेदार है उही एक्सटॉर्शन का केस दर्ज करवा रहे। कोई बंदा देख लो दूजी स्टेट च जाके, इन्हों का पिंड है जोड़ा कुड़ी का पिंड, मेरे पिंड तो भी दूर है दिल्ली तो, मेरे पिंड तो भी 30 किलोमीटर दूर है, 40 किलोमीटर दूर साढ़े जिले के बच्चे आ, मेरे पिंडों 400 किलोमीटर दूर बन जाती है दिल्ली। पर कोई जाके तो एक लड़की इस तरह एक्सटॉर्शन करेगी, वह भी एक स्ट्रोंग लॉबी जिहड़ी कि बहुत वड्डी तरह की रीच रखती है सियासत के भी रसूखदारी के, बड़ा औखा काम है। दूजी गल यह है कि मैनू एक ऐसा जितों देखो, ये मेरा पर्सनल ओपीनियन, हो सकता मैं गलत होव, जो मैं चीज़ा जज कीतियां गर्व कीतियां उन्होंने चीज़ों के, हो सकता मैं गलत भी होव। तो दूजी चीज़ जी नज़र आई वो ये एक एफ आई आर के ये सारिया चीज़ा जड़िया मेरे मन के उभरिया, वो की है कि दूसरी एफ आई आर के यों लिखा कि एक एस एच ओ जब मौके से गया तो वह की अगो बयान द्वार है, वो भी 307 लगी है। आखे जी इन्होंने की किया कि मैनू देख के, क्योंकि पहला परचा इस तरह एक्सटॉर्शन का कटिया, दूजी बारी ये गए जो अभी मौके से पहुंचे पहुंचे कहते फड़ लो, ये थानेदार ने पहला परचा कटिया, एस एच ओ कहते कि फड़ लो मेरे से हमला कर दिता, तुम देखो कि पहला परचा होया हो किसी से, तो दोबारा बंदा एक तीजा परचा पाने वास्ते गल पै जूगा। हैरानगी वाली गल है वो भी एस एच ओ के मौके से, एस एच ओ के वो भी लड़की इस तरह अगवाई कर रही है। सो मैनू कहानी जी कुछ इस तरह की नजर आई है कि उत्थे टफलबाजी जिवें आप फिल्मों च देखते होंगे सी पुराने समय के, जो मिल मालक जड़े होंगे सी उन्होंने खिलाफ मजदूर उन्होंने अगवाई करने वाले से केस पा दिता, कहानी कुछ ऐसी लग रही है। कुड़ी सीधे तौर पर यह नहीं सी कि उत्थे जाके मतलब कि कोई मोहरी रोल अदा कर रही थी मोर्चे के, किसानी मोर्चे च मतलब कि हेठले पद्धर से जो चीज़ को समझिया कि एक तरह नाल कह लो जिदा हेठले पद्धर से कोई काम करता है तो लामबंदी जरूर शायद हो सकता कर रहे हो, तो आ कहानी नजर आ रही है कि उत्थे जिहड़ा टकराव होया वो एक तरह नाल फिर उही है कहानी, सरमाएदारी ते दूसरे पासे जो किरत है उहदी उही टक्कर नजर आ। जी जी बिल्कुल। अगली मिंट जी गल करिए हुण सरकार समागमां तों वी डरन लगी आ। हाँ जी, समागम तो भी डरते नजर आते हैं किसी ना किसी तरीके दे नाल, तां डर जिहड़ा उह झलकदा ही है। देखो समागम के मामले च की आ कि हुण कोई हदायतां कीतियां ने इन्हां ने कि जद भी तुसीं किसी यूनिवर्सिटी दे विच जां कॉलेज दे विच जां जिहड़ियां विद्यक संस्थावां दे विच कोई कौमांतरी सैमीनार जां होर प्रोग्राम करवाउणा तां पेशगी प्रवानगी लैणी जिहड़ी आ उह जरूरी आ, हदायतां पुज रहीआं मतलब कि इस तरह दीआं कि किसी ने भी कोई ऑनलाइन कौमांतरी सैमीनार या कॉन्फ्रेंस या कोई सिखलाई प्रोग्राम कोई देना है
ਤਾਂ ਉਹਦੇ ਵਾਸਤੇ ਤੁਹਾਨੂੰ ਹਦਾਇਤਾਂ ਦਾ ਪਾਲਣ ਕਰਨਾ ਪਵੇਗਾ। ਹਦਾਇਤਾਂ ਤੋਂ ਭਾਵ ਕੀ ਹੈ ਜੋ ਆਪਾਂ ਸਮਝ ਸਕਦੇ ਹਾਂ ਕਿ ਇੱਕ ਤਰ੍ਹਾਂ ਨਾਲ ਇੱਕ ਸਿਕੰਜਾ ਕੱਸਿਆ ਜਾ ਰਿਹਾ, ਮਤਲਬ ਕਿ ਤੁਸੀਂ ਅਗੇਤੀ ਜਾਣਕਾਰੀ ਦਿਓਗੇ ਕਿ ਤੁਸੀਂ ਕਿਸ ਵਿਸ਼ਾ ਵਸਤੂ ਦੇ ਤਹਿਤ ਕੋਈ ਸਮਾਗਮ ਕਰਨਾ ਵਾ ਜਾਂ ਕੀ ਉਹਦੇ ਵਿੱਚ ਮਹਿਮਾਨਾਂ ਦਾ ਜਿਹੜਾ ਪਾਰਟੀਸਪੇਟ ਹੋਏਗਾ ਕਿੱਥੋਂ ਕਿੱਥੋਂ ਹੋਏਗਾ ਵਗੈਰਾ ਵਗੈਰਾ, ਇਹ ਚੀਜ਼ਾਂ ਜਿਹੜੀਆਂ ਨਜ਼ਰ ਆਉਂਦੀਆਂ। ਤਾਂ ਇਹਦਾ ਮਤਲਬ ਜੋ ਨਿਕਲਦਾ ਵਾ ਖੁੱਲੇ ਰੂਪ ਦੇ ਵਿੱਚ ਇਹੋ ਆ ਕਿ ਜਿਵੇਂ ਕੌਮਾਂਤਰੀ ਪੱਧਰ ਤੇ ਭਾਰਤ ਸਰਕਾਰ ਦੀ ਪੋਜੀਸ਼ਨ ਥੋੜੀ ਕਸੂਤੀ ਹੋ ਗਈ ਇਸ ਪ੍ਰੋਟੈਸਟ ਦੇ ਚੱਲਦਿਆਂ, ਲੱਗਦਾ ਇਹੋ ਆ ਕਿ ਕਿਸੇ ਸੈਮੀਨਾਰ ਕਰਕੇ ਜਾਂ ਕਿਸੇ ਇਸ ਤਰ੍ਹਾਂ ਦੇ ਵੈਬੀਨਾਰ ਕਰਕੇ ਹੋਰ ਕੋਈ ਰੱਟਾ ਨਾ ਪੈ ਜਾਵੇ, ਉਹਦੇ ਤੋਂ ਬਚਣ ਵਾਸਤੇ ਹੀ ਇਸ ਤਰ੍ਹਾਂ ਦੇ ਜਿਹੜੇ ਆ ਉਹ ਇਹਨਾਂ ਨੇ ਪੰਗੇ ਖੜੇ ਕਰਨ ਦਾ ਕੰਮ ਸ਼ੁਰੂ ਕੀਤਾ ਹੈ। ਜੀ ਜੀ, ਇੱਕ ਬਹੁਤ ਹੀ ਮੰਦਭਾਗੀ ਖਬਰ ਉੱਤਰਾਖੰਡ ਤੋਂ ਆ ਰਹੀ ਆ, ਉੱਥੇ ਚਮੋਲੀ ਆਫਤ ਦੇ ਵਿੱਚ ਕਾਫੀ ਲੋਕ ਮਾਰੇ ਗਏ ਨੇ ਤੇ ਅਜੇ ਸੈਂਕੜੇ ਲਾਪਤਾ ਦੱਸੇ ਜਾ ਰਹੇ ਨੇ। ਹਾਂਜੀ, ਦੇਖੋ ਇਹ ਵੀ ਨਾ ਹੁਣ ਕਹਿਣ ਨੂੰ ਜੀ ਨਹੀਂ ਕਰਦਾ, ਕਿਉਂਕਿ ਜਿਹੜੇ ਲੋਕ ਸਮਰਥਕ ਹੁੰਦੇ ਨਾ ਸਰਕਾਰ ਦੇ ਉਹ ਕਹਿੰਦੇ ਕਿ ਤਾਂ ਬਈ ਬੰਨੇ ਲੋਚਕ ਨੇ, ਇਹਨਾਂ ਨੂੰ ਤੇ ਕੋਈ ਮਤਲਬ ਕਿ ਹੋਰ ਗੱਲ ਨਹੀਂ ਹੈ। ਪਰ ਇੱਥੇ ਵੀ ਜੇ ਤੁਸੀਂ ਸਾਰੀਆਂ ਅੱਜ ਦੀਆਂ ਨਾ ਅਖਬਾਰਾਂ ਫੋਲੋਗੇ ਜਿਹੜੀਆਂ ਨੈਸ਼ਨਲ ਨਿਊਜ਼ ਪੇਪਰ ਨੇ ਜਿਹੜੇ, ਤੁਸੀਂ ਇੱਕ ਚੀਜ਼ ਵੇਖ ਕੇ ਦੰਗ ਰਹਿ ਜਾਓਗੇ ਕਿ ਅਸਲ ਦੇ ਵਿੱਚ ਇਹ ਕੁਦਰਤ ਦੀ ਵਿਪਤਾ ਨਹੀਂ ਹੈ, ਇਹ ਮਨੁੱਖ ਦੀ ਸਹੇੜੀ ਵਿਪਤਾ ਹੈ। ਤਾਂ ਜਦ ਮਨੁੱਖ ਦੀ ਸਹੇੜੀ ਵਿਪਤਾ ਦੀ ਗੱਲ ਆਊਗੀ ਤਾਂ ਉੱਥੇ ਸਰਕਾਰ ਦਾ ਰੋਲ ਬਣੇਗਾ। ਵਿਗਿਆਨੀਆਂ ਨੇ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਸੀ ਜਦ ਅੱਗੇ 2015 ਦੇ ਵਿੱਚ ਉੱਥੇ ਇਸ ਤਰ੍ਹਾਂ ਦੀ ਡਿਜ਼ਾਸਟਰ ਬਰਬਾਦੀ ਹੋਈ ਸੀਗੀ, ਤਾਂ ਉਸ ਤੋਂ ਬਾਅਦ ਇੱਕ ਕਮੇਟੀ ਬਣਾਈ ਗਈ ਸੀ ਜਿਹਨੇ ਇਹਨਾਂ ਸਾਰੀਆਂ ਚੀਜ਼ਾਂ ਦੀ ਪੈਮਾਇਸ਼ ਕਰਕੇ ਗਲੇਸ਼ੀਅਰ ਵਗੈਰਾ ਜੋ ਵੀ ਹੈ ਤਾਂ ਦੱਸ ਦਿੱਤਾ ਸੀਗਾ ਕਿ ਬਾਈ ਖਤਰਾ ਹੈ। ਔਰ ਇਹਨਾਂ ਨੇ ਉੱਥੇ ਇੱਕ ਪ੍ਰੋਜੈਕਟ ਲਾਇਆ ਸੀਗਾ ਬਿਜਲੀ ਵਾਲਾ, ਹਾਈਡਰੋ ਪ੍ਰੋਜੈਕਟ ਕਹਿ ਦਿੰਦੇ ਮੇਰੇ ਖਿਆਲ ਦੇ ਨਾਲ, ਤਾਂ ਉਹਦੇ ਲਈ ਟਰਨਲ ਵਗੈਰਾ ਜੋ ਬਣਦੀਆਂ ਸੁਰੰਗਾਂ ਬਣਦੀਆਂ ਤਾਂ ਉਹਨਾਂ ਦੇ ਵਿੱਚ ਵਿਸਫੋਟ ਵੀ ਕੀਤੇ ਗਏ ਵਗੈਰਾ ਵਗੈਰਾ ਗੱਲਾਂ ਹੋਈਆਂ। ਨਹੀਂ ਤਾਂ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਕਿ ਇਸ ਏਰੀਏ 'ਚ ਤਾਂ ਟੈਂਪਰੇਚਰ ਜਿਹੜਾ ਬੜਾ ਥੱਲੇ ਹੁੰਦਾ ਹੈ, ਟੈਂਪਰੇਚਰ ਬਹੁਤ ਘੱਟ ਹੁੰਦਾ ਹੈ, ਤਾਂ ਗਲੇਸ਼ੀਅਰ ਪਿਘਲਣ ਦਾ ਤਾਂ ਮਤਲਬ ਹੀ ਨਹੀਂ ਹੈ। ਅਸਲ ਦੇ ਵਿੱਚ ਜਿੰਨੇ ਕੁ ਮੈਂ ਅਖਬਾਰ ਖੋਲੇ ਔਰ ਜਿੰਨੇ ਕੁ ਮਾਹਰਾਂ ਦੇ ਉੱਥੇ ਮੈਂ ਪੜ੍ਹੇ ਆ ਸਾਰਿਆਂ ਦੇ ਜਿਹੜੇ ਆਏ ਆ ਸਟੇਟਮੈਂਟ, ਉਹਨਾਂ ਦੇ ਵਿੱਚ ਇੱਕ ਕਾਮਨ ਗੱਲ ਇਹੋ ਨਜ਼ਰ ਆਈ ਆ ਕਿ ਇਹ ਜਿਹੜਾ ਗਲੇਸ਼ੀਅਰ ਸੀਗਾ ਇਹ ਅਸਲ ਦੇ ਵਿੱਚ ਤਿੜਕਿਆ, ਮਤਲਬ ਕਿ ਤਰੇੜਿਆ ਗਿਆ ਕਿਸੇ ਵਿਸਫੋਟ ਕਰਕੇ, ਉਸ ਤੋਂ ਬਾਅਦ ਫਿਰ ਉਹ ਹੌਲੀ 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 ਝੀਲ ਦਾ ਰੂਪ ਧਾਰਨ ਕਰ ਗਿਆ, ਤਾਂ ਜਿਹਦਾ ਪਾਣੀ ਜਿਹੜਾ ਸੀ ਫਿਰ ਓਵਰਫਲੋ ਹੋ ਕੇ ਨਦੀ ਨਾਲ ਰਲ ਕੇ ਤਾਂ ਫਿਰ ਤਬਾਹੀ ਦਾ ਇੱਕ ਕਾਰਨ ਬਣਿਆ। ਤਾਂ ਹੁਣ ਕਿਹਨਾਂ ਲੋਕਾਂ ਨੇ ਕੀਤਾ, ਉਹ ਜ਼ਿੰਮੇਵਾਰੀ ਕੌਣ ਲਊਗਾ, ਵੇਖਣ ਵਾਲੀ ਗੱਲ ਹੈ ਵਿੱਚ ਕਰਨ ਵਾਲੀ ਗੱਲ ਹੈ। ਤਾਂ ਤੁਹਾਨੂੰ ਪਤਾ ਹੀ ਇੰਡੀਆ ਦੇ ਵਿੱਚ ਇਹਨਾਂ ਚੀਜ਼ਾਂ ਤੇ ਕਦੇ ਵੀ ਤਵੱਜੋ ਨਹੀਂ ਦਿੱਤੀ ਜਾਂਦੀ। ਵਿਕਾਸ 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 ਕਿਹਾ ਜਾਂਦਾ ਪਰ ਵਿਕਾਸ ਦੇ ਨਾਮ ਤੇ ਜਿਸ ਤਰ੍ਹਾਂ ਕੁਦਰਤ ਦਾ ਘਾਣ ਕੀਤਾ ਜਾਂਦਾ ਹੈ, ਜਿਸ ਤਰ੍ਹਾਂ ਕੁਦਰਤ ਨਾਲ ਛੇੜਛਾੜ ਹੁੰਦੀ ਹੈ, ਜਿਸ ਤਰ੍ਹਾਂ ਵਾਤਾਵਰਨ ਨੂੰ ਨੁਕਸਾਨ ਪਹੁੰਚਾਇਆ ਜਾਂਦਾ, ਉਹਨਾਂ ਤੇ ਕਦੇ ਵੀ ਕੋਈ ਬਹਿਸ ਇੱਥੇ ਹੁੰਦੀ ਨਹੀਂ ਹੈ। ਥੋੜੇ ਜਿਹੇ ਲੋਕ ਆ ਜਿਹੜੇ ਵਾਤਾਵਰਨ ਨੂੰ ਪ੍ਰੇਮ ਕਰਦੇ ਆ, ਥੋੜੇ ਜਿਹੇ ਲੋਕ ਆ ਜਿਹੜੇ ਸਰਕਾਰ ਦੀਆਂ ਇਹਨਾਂ ਪੋਲਿਸੀਆਂ ਦਾ ਖੁੱਲ੍ਹ ਕੇ ਵਿਰੋਧ ਕਰਦੇ, ਪਰ ਬਹੁਤੀ ਗਿਣਤੀ 'ਚ ਲੋਕ ਇੱਥੇ ਕੰਨ ਹੀ ਨਹੀਂ ਕਰਦੇ ਇਹਨਾਂ ਸਮੱਸਿਆਵਾਂ ਬਾਰੇ। ਖੈਰ ਜਿਹੜੀ ਖਬਰ ਆ ਰਹੀ ਆ, ਦੇਖੋ ਹੁਣ ਤੱਕ ਕਹਿੰਦੇ ਆ ਕਿ ਲਾ ਲਓ 17-18 ਜਿਹੜੀਆਂ ਲਾਸ਼ਾਂ ਮਿਲ ਚੁੱਕੀਆਂ, ਇਹ ਸ਼ਾਮ ਦੀ ਖਬਰ ਹੈ, 18 ਦੇ ਕਰੀਬ ਲਾਸ਼ਾਂ ਜਿਹੜੀਆਂ ਬਰਾਮਦ ਕਰ ਲਈਆਂ ਗਈਆਂ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਉੱਤਰਾਖੰਡ, ਯੂਪੀ, ਝਾਰਖੰਡ, ਬਿਹਾਰ, ਪੰਜਾਬ, ਪੱਛਮੀ ਬੰਗਾਲ, ਨੇਪਾਲ, ਜੰਮੂ ਕਸ਼ਮੀਰ ਅਤੇ ਉੜੀਸਾ, ਇਹਨਾਂ ਸਾਰੇ ਸਟੇਟਾਂ ਦੇ ਜਾਂ ਵਿੱਚ ਨੇਪਾਲ ਮੁਲਕ ਵੀ ਆ ਗਿਆ, ਤਾਂ ਕੁੱਲ ਮਿਲਾ ਕੇ 202 ਬੰਦੇ ਹੁਣ ਤੱਕ ਲਾਪਤਾ ਦੱਸੇ ਜਾਂਦੇ ਆ। ਤਾਂ ਜਿਹੜੇ ਆਪਣੇ ਪੰਜਾਬ ਦੇ ਆ ਉਹਨਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ 4 ਜਿਹੜੇ ਆ ਉਹ ਲੁਧਿਆਣੇ ਦੇ ਆ, ਕੋਈ ਹੋਰ ਹੋਵੇ ਤਾਂ ਮੈਨੂੰ ਪਤਾ ਨਹੀਂ ਹੈ, 4 ਦੇ 4 ਤਾਂ ਲੁਧਿਆਣੇ ਦੇ ਮੈਂ ਕਿਸੇ ਨਿਊਜ਼ ਵੈਬਸਾਈਟ ਤੇ ਪੜ੍ਹੇ ਗਏ। ਜੀ ਜੀ ਬਿਲਕੁਲ, ਅਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ, ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਸਰੋਤੇ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ, ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸੁਣਦੇ ਰਹੋ ਪੰਜਾਬੀ ਰੇਡੀਓ USA।